ਤੁਸੀਂ ਦੇਖ ਰਹੇ ਹੋ ਆਪਣਾ ਪੰਜਾਬ ਮੀਡੀਆ ਟੀਵੀ ਨਿਊਯਾਰਕ ਪੰਜਾਬ ਹੈਡਲਾਈਨਸ ਤੇ ਇੱਕ ਨਜ਼ਰ। ਰਾਸ਼ਟਰੀ ਹਾਕੀ ਖਿਡਾਰਨ ਨੇ 21 ਸਾਲ ਦੀ ਉਮਰ 'ਚ ਕੀਤੀ ਖੁਦਕੁਸ਼ੀ। ਭਰਾ ਭਰਜਾਈ ਤੋਂ ਤੰਗ ਸੀ ਖਿਡਾਰ, ਤੰਗ ਆ ਕੇ ਨਹਿਰ 'ਚ ਛਾਲ ਮਾਰ ਕੇ ਕੀਤੀ ਆਪਣੀ ਜੀਵਨ ਲੀਲਾ ਸਮਾਪਤ। ਸੁਮਨਪ੍ਰੀਤ ਕੌਰ ਵਜੋਂ ਹੋਈ ਹੈ ਮ੍ਰਿਤਕ ਦੀ ਪਛਾਣ। ਪਟਿਆਲਾ ਦਾ ਇਹ ਮਾਮਲਾ ਹੈ। ਪੰਜਾਬੀ ਯੂਨੀਵਰਸਿਟੀ ਵਿਖੇ MA ਕਰਦੀ ਸੀ ਮ੍ਰਿਤਕ ਲੜਕੀ। ਕੱਲ੍ਹ ਬੀਤੀ ਰਾਤ ਲੁਧਿਆਣਾ ਦੇ ਦਰੇਸੀ ਵਿਖੇ ਬਾਬਾ ਖਾਟੂ ਸ਼ਾਮ ਜੀ ਦੇ ਆਯੋਜਿਤ ਕੀਤੇ ਗਏ ਸਮਾਗਮ ਦੇ ਵਿੱਚ BJP ਉਮੀਦਵਾਰ ਰਵਨੀਤ ਬਿੱਟੂ ਨੇ ਕੀਤੀ ਸ਼ਮੂਲੀਅਤ ਤੇ ਪ੍ਰਸਿੱਧ ਕਲਾਕਾਰ ਕਨਹੀਆ ਮਿੱਤਲ ਨਾਲ ਬਾਬਾ ਖਾਟੂ ਸ਼ਾਮ ਜੀ ਦੇ ਭਜਨ ਗਾਉਂਦੇ ਤੇ ਆਸ਼ੀਰਵਾਦ ਲੈਂਦੇ ਨਜ਼ਰ ਆਏ ਰਵਨੀਤ ਬਿੱਟੂ। ਵੀਡੀਓ ਕੀਤੀ ਸ਼ੇਅਰ। ਸੁਖਪਾਲ ਖਹਿਰਾ ਦਾ ਵੱਡਾ ਬਿਆਨ ਆਇਆ ਸਾਹਮਣੇ। ਇੱਕ ਵਾਰ ਫਿਰ ਭਗਵੰਤ ਮਾਨ ਤੇ ਸਾਧਿਆ ਨਿਸ਼ਾਨਾ। ਕਿਹਾ ਕਿ ਸੁਪਰੀਮ ਕੋਰਟ ਦੇ ਵਿੱਚ ਭਗਵੰਤ ਮਾਨ ਸਰਕਾਰ ਨੇ ਆਖਿਰ ਕਬੂਲਿਆ ਸਿੱਧੂ ਮੂਸੇਵਾਲੇ ਦੇ ਕਤਲ ਦਾ ਸੱਚ। ਪੁਖਤਾ ਸਬੂਤ ਵੀ ਸੁਖਪਾਲ ਖਹਿਰਾ ਪੇਸ਼ ਕਰਦੇ ਨਜ਼ਰ ਆਏ। ਪੰਜਾਬ ਯੂਨੀਵਰਸਿਟੀ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। BA/BEd ਦੇ ਵਿੱਚ ਦਾਖਲਾ ਲੈਣ ਵਾਲਿਆਂ ਲਈ ਇਹ ਖੁਸ਼ਖਬਰੀ ਹੋ ਸਕਦੀ ਹੈ, ਕਿਉਂਕਿ PU ਵਿੱਚ ਹੁਣ BA/BEd ਦਾਖਲੇ ਦੇ ਲਈ ਅਰਜ਼ੀ ਮਿਤੀ ਹੈ ਜਿਹੜੀ ਉਸਨੂੰ 15 ਤਰੀਕ ਤੱਕ ਵਧਾ ਦਿੱਤਾ ਗਿਆ। ਤਾਂ ਹੁਣ ਚਾਹਵਾਨ ਵਿਦਿਆਰਥੀ 15 ਮਈ ਤੱਕ PU ਦੇ ਵਿੱਚ ਦਾਖਲੇ ਦੇ ਲਈ ਅਪਲਾਈ ਕਰ ਸਕਦੇ। BJP ਉਮੀਦਵਾਰ ਹੰਸ ਰਾਜ ਹੰਸ ਨੂੰ ਲੋਕਾਂ ਤੋਂ ਮਿਲਿਆ ਭਰਪੂਰ ਪਿਆਰ। ਭੰਗੜਾ ਪਾਉਂਦੇ ਦਿਖੇ ਹੰਸ ਰਾਜ ਹੰਸ, ਨਾਲ ਹੀ ਲੋਕਾਂ ਨੇ ਨਿੱਤ ਖੈਰ ਮੰਗਾ ਗਾਣੇ ਦੇ ਨਾਲ ਬੰਨਿਆ ਮਾਹੌਲ। ਅੱਜ ਦੀ ਖਬਰਾਂ ਲਈ ਇਹ ਨਹੀਂ, ਹੋਰ ਖਬਰਾਂ ਨਾਲ ਜਲਦ ਹੋਵਾਂਗੇ ਰੂਬਰੂ। ਤੁਸੀਂ ਦੇਖਦੇ ਰਹੋ ਆਪਣਾ ਪੰਜਾਬ ਮੀਡੀਆ ਟੀਵੀ ਨਿਊਯਾਰਕ।